जी डॉक्टर साहब, फोन तो अगला इशू केड़ा जो ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ, ਇਹ ਇਸ਼ੂ ਬੜਾ ਅਹਿਮ ਹੈ। ਸਿੱਖ ਕੌਮ ਨਾਲ ਵੀ ਦਾ ਸੰਬੰਧ ਹੈ, ਜਿਹੜਾ ਵਕਤੀ ਖਬਰ ਦੇ ਰੂਪ ਚ ਅਸੀਂ ਡਿਸਕਸ ਕਰਾਂਗੇ ਜੀ। ਪਰ ਕੁੱਲ ਮਿਲਾ ਕੇ ਭਾਰਤ ਦੇ ਨਕਸ਼ੇ ਦੇ ਵਿੱਚ ਅੱਜ ਅਸੀਂ ਕਿਸ ਬੇਬਸੀ ਦਾ ਸ਼ਿਕਾਰ ਹੈ, ਕਿਵੇਂ ਅਸੀਂ ਹੈਲਪਲੈਸ ਹੈ। ਔਰ ਮੈਂ ਅੱਜ ਹੀ ਇਹ ਡਿਸਕਸ ਕਰ ਰਿਹਾ ਸੀ, ਮੈਂ ਕਿਹਾ ਕਿ ਵੀ 1849 ਤੱਕ ਜਿਹੜਾ ਲਗਭਗ ਕਿੰਨਾ ਬਣਦਾ, 150 ਸਾਲ ਬਣਦਾ, ਜਿਹੜੀ ਕੌਮ 1.5 ਲੱਖ ਸਕੇਅਰ ਮਾਈਲ ਟੈਰੀਟਰੀ ਵਾਲੇ ਮੁਲਕ ਦੀ ਮਾਲਕ ਹੋਏ, ਜਿਸ ਦੀਆਂ ਹੱਦਾਂ ਦਰਾਏ ਖੈਬਰ ਤੋਂ ਤਿੱਬਤ ਤੱਕ ਹੋਣ, ਜਿਸ ਦੇ ਦਰਬਾਰ ਦੀ ਚੱਕਾ ਚੌਂਧ ਇੰਗਲੈਂਡ ਦੇ ਉਸ ਕੋਰਟ ਨੂੰ ਵੀ ਜਿਹੜੀ ਆ ਉਹ ਮਾਤ ਕਰਦੀ ਹੋਏ, ਜਿਹਦੇ ਨਾਲ ਦੋਸਤੀ ਦੇ ਲਈ ਫਰਾਂਸ, ਰੂਸ, ਇੰਗਲੈਂਡ ਉਹ ਜਿਹੜੇ ਨੇ ਆਪਣੇ ਐਂਬੈਸਡਰ ਭੇਜਦੇ ਹੋਣ, ਔਰ ਜਿਹੜਾ ਉਸ ਸਾਰੇ ਪਾਸੇ ਉਸ ਧਰਤੀ ਦੇ ਖਿੱਤੇ 'ਚ ਜਿਸ ਦਾ ਬੋਲਬਾਲਾ ਹੋਏ, ਜਿੱਥੇ ਸਾਰੇ ਸ਼ਹਿਰੀ ਸਿੱਖ, ਹਿੰਦੂ, ਮੁਸਲਮਾਨ, ਈਸਾਈ ਜਿਹੜੇ ਨੇ ਉਹ ਪ੍ਰੋਸਪਰ ਹੋ ਰਹੇ ਹੋਣ, ਤੇ ਅੱਜ ਅਸੀਂ ਕਿੱਥੇ ਆ ਕੇ ਖੜੇ ਹਾਂ ਕਿ ਅੱਜ ਸਿੱਖ ਕਿਹਨੇ ਡਿਫਾਈਨ ਕਰਨਾ ਹੈ, ਸਾਡੇ ਕੋਲ ਹੱਕ ਨਹੀਂ ਹੈ। ਅੱਜ ਸਾਡੇ ਗੁਰਦੁਆਰਿਆਂ 'ਤੇ ਸਾਡਾ ਕੰਟਰੋਲ ਕਿਸ ਤਰੀਕੇ ਦੇ ਨਾਲ ਸੈਂਟਰਲ ਏਜੰਸੀਆਂ ਨੇ ਕਿਸ ਕਿਸਮ ਦੇ ਹੱਥ ਠੋਕੇ ਖੜੇ ਕੀਤੇ ਹੋਏ ਨੇ, ਕਿਵੇਂ ਪੰਜਾਬ ਦੇ ਵਿੱਚ ਅਸੀਂ ਬੇਗਾਨਗੀ ਦੇ ਅਹਿਸਾਸ 'ਚ ਰਹਿ ਰਹੇ ਹਾਂ, ਔਰ ਕਿਵੇਂ ਸਾਡੇ ਜਿਹੜੇ ਜਾਗਤ ਜੋਤ ਗੁਰੂ ਨੇ ਉਹਨਾਂ ਦਾ ਅਪਮਾਨ ਹੁੰਦਾ, ਕਿਵੇਂ ਅਸੀਂ ਜੇ ਧਾਰਮਿਕ ਸਰਬੱਤ ਖਾਲਸਾ ਇਕੱਠ ਕਰਦੇ ਹਾਂ ਤੇ ਉਹ ਦੇਸ਼ ਧਰੋਹ ਬਣ ਜਾਂਦਾ। ਪਰ ਜਿਹੜਾ ਇਸ ਕਿਸਮ ਦੀਆਂ ਲੰਗੜੀਆਂ ਜਿਹੀਆਂ ਸੰਸਥਾਵਾਂ ਦੇ ਥੱਲੇ ਵੀ ਸ਼੍ਰੋਮਣੀ ਕਮੇਟੀ ਵਰਗੀ 'ਚ ਥੋੜਾ ਕੁਛ ਬਚਿਆ ਹੋਇਆ, ਉਹ ਵੀ ਇਹਨਾਂ ਨੇ ਸਾਡੇ ਕੋਲ ਨਹੀਂ ਰਹਿਣ ਦੇਣਾ। ਉਹਦੇ ਲਈ ਕਿਤੇ ਐਗਜੈਕਟਿਵ ਆਰਡਰ ਆ ਜਾਂਦੇ ਨੇ, ਕਿਤੇ ਜੇ ਐਗਜੈਕਟਿਵ ਆਰਡਰ ਮਾੜਾ ਮੋਟਾ ਸਟੈਟਸ ਕੋ ਬਹਾਲ ਰੱਖਣਾ ਚਾਹੁੰਦਾ, ਕਿਉਂਕਿ ਉਹ ਸਿੱਖਾਂ ਨੂੰ ਇੱਕ ਇੱਕ ਬੁਰਕੀ ਸੁੱਟ ਕੇ ਉਹਨਾਂ ਚੁੱਪ ਰੱਖਣਾ ਚਾਹੁੰਦਾ, ਉਹਨਾਂ ਨੂੰ ਵੀ ਲੱਗਦਾ ਵੀ ਕਿਤੇ ਖਲੋ ਹੀ ਨਾ ਜਾਣ, ਪਰ ਜੁਡੀਸ਼ਰੀ ਆ ਜਾਂਦੀ ਹੈ। ਉਹ ਉਹ ਪਾਣੀਆਂ ਦਾ ਮੁੱਦਾ ਹੋਏ, ਜੇ ਹੁਣ ਐਗਜੈਕਟਿਵ ਆਰਡਰ 2004 'ਚ ਪੰਜਾਬ ਅਸੈਂਬਲੀ ਨੇ ਪਾਸ ਕਰ ਹੀ ਦਿੱਤਾ, ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004, ਅਤੇ ਤਲਵਾਰ ਹੁਣ ਜੁਡੀਸ਼ਰੀ 'ਚ ਲਟਕ ਰਹੀ ਹੈ ਸੁਪਰੀਮ ਕੋਰਟ ਦੇ ਕੋਲ, ਜਿਹੜੀ ਹੈ ਉਹਦੀ ਪਟੀਸ਼ਨ ਸੈਂਟਰ ਆਰਡੀਨੈਂਸ ਇੱਧਰ ਉੱਧਰ ਉਹਦੇ 'ਤੇ ਆ ਗਿਆ। ਪਰ ਜਿਹੜਾ ਇਸ਼ੂ ਮੈਂ ਅੱਜ ਡਿਸਕਸ ਕਰਨ ਲੱਗਾ ਹੈ, ਇੱਕ ਸੰਵਿਧਾਨ ਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਜਿਹੜਾ ਗੌਰਮੈਂਟ ਨੇ ਸਮੇਂ ਸਮੇਂ ਬਾਕੀ ਕਮਿਊਨਿਟੀਜ਼ ਦੇ ਲਈ ਵੀ ਉਸ ਨੂੰ ਉਸਦਾ ਇਸਤੇਮਾਲ ਕੀਤਾ ਹੈ ਕਿ ਜੇ ਮਾਈਨੋਰਿਟੀਜ਼ ਜਿਹੜੀਆਂ ਨੇ ਘੱਟ ਗਿਣਤੀਆਂ ਜਿਹਨਾਂ ਨੂੰ ਅਕਲੀਅਤਾਂ ਕਹਿੰਦੇ ਨੇ, ਉਹ ਆਪਣੀਆਂ ਕੋਈ ਸੰਸਥਾਵਾਂ, ਹਸਪਤਾਲ, ਕਾਲਜ, ਸਕੂਲ ਜਾਂ ਕੋਈ ਹੋਰ ਅਦਾਰੇ, ਬੈਂਕ ਇਹ ਸਥਾਪਿਤ ਕਰਨ ਤੇ ਉਹਨਾਂ ਨੂੰ ਹੱਕ ਹੈ, ਤੇ ਫਿਰ ਉਹਦੇ 'ਚ ਉਹ ਲਗਭਗ ਅੱਧੀਆਂ ਸੀਟਾਂ ਜ਼ਰੂਰ ਆਪਣੀ ਘੱਟ ਗਿਣਤੀ ਦੇ ਲਈ ਰਿਜ਼ਰਵ ਰੱਖ ਸਕਦੀਆਂ ਨੇ, ਕਿਉਂ ਅਤੇ ਬਾਕੀ ਉਹਨਾਂ ਨੂੰ ਖੁੱਲ੍ਹੀਆਂ ਛੱਡਣੀਆਂ ਪੈਂਦੀਆਂ। ਹੁਣ ਇਸ ਪ੍ਰੋਵੀਜ਼ਨ ਦੇ ਥੱਲੇ ਬੇਸ਼ੱਕ ਹੁਣ ਪੰਜਾਬ ਦੇ ਵਿੱਚ ਕ੍ਰਿਸਚਨ ਮੈਡੀਕਲ ਕਾਲਜ ਹੋਏ, ਬਹੁਤ ਸਾਰੇ ਸੈਕਰਡ ਹਾਰਟ, ਦੂਜੇ ਤੀਜੇ ਸਕੂਲ ਨੇ, ਪ੍ਰੈਫਰੈਂਸ ਈਸਾਈਆਂ ਨੂੰ ਹੁੰਦੀ ਹੈ, ਔਰ ਕਈ ਈਵਨ ਇਹਨਾਂ ਸਕੂਲਾਂ ਕਾਲਜਾਂ 'ਚ ਜਾਂ ਹਸਪਤਾਲਾਂ 'ਚ ਲੈਣ ਲਈ ਐਡਮਿਸ਼ਨ ਈਸਾਈ ਹੋ ਜਾਂਦੇ ਨੇ। ਇਸੇ ਤਰ੍ਹਾਂ ਜਿਵੇਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਹੈ, ਮਾਈਨੋਰਿਟੀ ਦੀ ਹੈ ਔਰ ਉਹਨੂੰ ਮਾਈਨੋਰਿਟੀ ਸਟੇਟਸ ਹੈ, ਉਹਨਾਂ ਦੇ ਵਿਦਇਨ ਉਹਨਾਂ ਦੀਆਂ ਆਪਣੀਆਂ ਫੈਕਲਟੀਜ਼, ਆਪਣੀਆਂ ਅਪੁਆਇੰਟਮੈਂਟਸ। ਇਸੇ ਤਰ੍ਹਾਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਹੈ ਦਿੱਲੀ ਦੇ ਵਿੱਚ, ਉਸ ਨੂੰ ਵੀ ਮਾਈਨੋਰਿਟੀ ਸਟੇਟਸ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 1925 'ਚ ਹੋਣ ਚਾਹੀ ਗੁਰਦੁਆਰਾ ਐਕਟ ਦੇ ਥੱਲੇ, ਭਾਵੇਂ ਮੁੱਖ ਤੌਰ 'ਤੇ ਉਸ ਦਾ ਕੰਮ ਤਾਂ ਗੁਰਦੁਆਰਿਆਂ ਦੀ ਮੈਨੇਜਮੈਂਟ ਔਰ ਧਰਮ ਪ੍ਰਚਾਰ ਸੀ, ਉਹ ਤਾਂ ਉਹਨਾਂ ਨੇ ਕਿੰਨਾ ਕੁ ਕੀਤਾ ਉਹ ਤਾਂ ਸਾਹਮਣੇ ਹੀ ਹੈ, ਲੇਕਿਨ ਓਵਰ ਏ ਪੀਰੀਅਡ ਆਫ ਟਾਈਮ ਨੀਡ ਨੂੰ ਸਾਹਮਣੇ ਰੱਖਦੇ ਹਾਂ, ਕਿਉਂਕਿ ਜਿਹੜੇ ਪ੍ਰਾਈਵੇਟ ਇੰਸਟੀਚਿਊਟ ਨੇ ਉਹਨਾਂ ਦੇ ਵਿੱਚ ਉਹ ਇੰਨਾ ਕੁ ਹਾਈ ਸਟੈਂਡਰਡ ਹੋਣਾ ਜਾਂ ਉਹਨਾਂ 'ਚ ਸਿੱਖਾਂ ਨਾਲ ਵੈਸੇ ਡਿਸਕ੍ਰਿਮੀਨੇਸ਼ਨ ਸੀ, ਇਹੀ ਹਾਲ ਮੈਡੀਕਲ ਕਾਲਜਿਸ ਦੂਜਿਆਂ ਤੀਜਿਆਂ ਦਾ ਸੀ। ਓਵਰ ਏ ਪੀਰੀਅਡ ਆਫ ਟਾਈਮ ਸ਼੍ਰੋਮਣੀ ਕਮੇਟੀ ਨੇ ਆਪਣੇ ਇੰਜੀਨੀਅਰਿੰਗ ਕਾਲਜ, ਹਾਲਾਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਬਹੁਤ ਪਹਿਲਾਂ ਸ਼ਾਇਦ 1960ਵਿਆਂ ਦੇ ਵਿੱਚ ਹੀ ਹੋਂਦ 'ਚ ਆ ਗਿਆ ਸੀ, ਮੈਡੀਕਲ ਕਾਲਜ ਵੀ ਹੈ ਹੁਣ, ਡੈਂਟਲ ਕਾਲਜ ਵੀ ਨੇ, ਔਰ ਦੂਸਰੇ ਕਾਲਜ ਸਕੂਲ ਤਾਂ ਖਾਲਸਾ ਸਕੂਲ, ਖਾਲਸਾ ਕਾਲਜ ਹੈ ਹੀ ਨੇ। ਸੋ ਜਿਵੇਂ ਇੰਜੀਨੀਅਰਿੰਗ ਕਾਲਜ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਆਇਆ ਹੋਣ ਦੇ ਵਿੱਚ, ਸੋ ਉਹਦੇ 'ਚ ਉਹਨਾਂ ਨੇ ਕਿਉਂਕਿ ਮਾਈਨੋਰਿਟੀ ਸਟੇਟਸ ਦੇ ਥੱਲੇ ਇਹ ਇੰਸਟੀਟਿਊਸ਼ਨਸ ਹੋਣ ਦੇ ਵਿੱਚ ਆਈਆਂ, ਸੋ 50% ਸੀਟਾਂ ਜਿਹੜੀਆਂ ਨੇ ਉਹ ਸਿੱਖੀ ਸਰੂਪ ਵਾਲੇ
बच्चे बच्चियां दे लई रिजर्व हुंदियां ने जी, बाकी जड़ियां ने ओ 50% ओपन छड़नियां पैंदियां ਇਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਜਾਂ ਜੋ ਵੀ ਉਹਨਾਂ ਦੇ ਲਾਨ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਸ ਗੱਲ ਦੇ ਉੱਤੇ ਕਿਸੇ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਕਰ ਦਿੱਤੀ ਪੰਜਾਬ ਹਰਿਆਣਾ ਹਾਈ ਕੋਰਟ 'ਚ, ਕਿ ਕਿਉਂਕਿ ਸਿੱਖ ਪੰਜਾਬ ਦੇ ਵਿੱਚ ਮੈਜੋਰਿਟੀ 'ਚ ਨੇ ਜੀ, ਔਰ ਸ਼੍ਰੋਮਣੀ ਕਮੇਟੀ ਨੂੰ ਤਾਂ ਇਹ ਮਾਈਨੋਰਟੀ ਇੰਸਟੀਟਿਊਸ਼ਨ ਵਾਲਾ ਹੱਕ ਮਿਲਣਾ ਹੀ ਨਹੀਂ ਚਾਹੀਦਾ, ਕਿਉਂਕਿ ਸਿੱਖ ਤਾਂ ਮਾਈਨੋਰਟੀ 'ਚ ਨਹੀਂ ਨੇ, ਹਰਿਆਣਾ ਹਿਮਾਚਲ ਦੂਜੇ ਜੋ ਆਪਣੀਆਂ ਸੰਸਥਾਵਾਂ 'ਚ ਆਪਣੇ ਬੱਚੇ ਲੈ ਲੈਣ, ਪੰਜਾਬ 'ਚ ਜਿਹੜਾ ਉਹ ਮੈਜੋਰਟੀ ਹੈ, ਇਸ ਲਈ ਉਹਨਾਂ ਨੂੰ ਇਹ ਜਿਹੜਾ ਉਹਨਾਂ ਨੂੰ ਮਾਈਨੋਰਟੀ ਇੰਸਟੀਟਿਊਸ਼ਨ ਸਟੈਟਸ ਜਿਹੜਾ ਉਹਨਾਂ ਦਾ ਇਹ ਰਿਵੋਕ ਕਰਨਾ ਚਾਹੀਦਾ ਜਾਂ ਖਤਮ ਕਰਨਾ ਚਾਹੀਦਾ। ਹੁਣ ਇਸ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜਾ ਇਹ ਹੋਇਆ, ਇਸ ਦੇ ਉੱਤੇ ਜਿਹੜੀ ਹੈ ਉਹ ਜਿਹੜੀ ਹੈ ਜਜਮੈਂਟ ਦੇ ਦਿੱਤੀ ਪੰਜਾਬ ਹਰਿਆਣਾ ਹਾਈ ਕੋਰਟ ਨੇ। ਹੁਣ ਇਸ ਜਜਮੈਂਟ ਤੋਂ ਪਹਿਲਾਂ ਜੋ ਹੀ ਇਹ ਲਿਟੀਗੇਸ਼ਨ ਹੁੰਦੀ ਹੈ, ਪੰਜਾਬ ਗੌਰਮੈਂਟ ਨੇ ਦੋ ਆਰਡੀਨੈਂਸ ਜਾਰੀ ਕੀਤੇ, ਇੱਕ 2001 ਦੇ ਵਿੱਚ, ਇੱਕ 2006 ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ, ਔਰ ਅਮਰਿੰਦਰ ਸਿੰਘ ਸੀ 2006 ਵੇਲੇ, ਮੈਨੂੰ ਅਜੇ ਵੀ ਉਹਦੀ ਸਟੇਟਮੈਂਟ ਯਾਦ ਹੈ, ਉਹਨੇ ਕਿਹਾ ਕਿ ਜੀ ਦੇਖੋ ਬੇਸ਼ੱਕ ਸਿੱਖ ਪੰਜਾਬ ਦੇ ਵਿੱਚ ਮੈਜੋਰਿਟੀ 'ਚ ਨੇ, ਲੇਕਿਨ ਸ਼੍ਰੋਮਣੀ ਕਮੇਟੀ ਦੇ ਵਿੱਚ ਹਰਿਆਣਾ, ਹਿਮਾਚਲ, ਚੰਡੀਗੜ੍ਹ, ਪੰਜਾਬ 'ਚੋਂ ਨੁਮਾਇੰਦੇ ਚੁਣ ਕੇ ਆਉਂਦੇ ਨੇ, ਔਰ ਉਹਨਾਂ ਸਟੇਟਾਂ 'ਚ ਕਿਉਂਕਿ ਸਿੱਖ ਮਾਈਨੋਰਿਟੀ 'ਚ ਨੇ, ਇਸ ਲਈ ਜਿਹੜੀਆਂ ਪੰਜਾਬ ਦੀਆਂ ਸ਼੍ਰੋਮਣੀ ਕਮੇਟੀ ਦੀਆਂ ਇੰਸਟੀਚਿਊਟਸ ਨੇ ਉਹਨਾਂ ਸਿੱਖਾਂ ਦੀਆਂ ਜਿਹੜੀਆਂ ਨੇ ਨੀਡਸ ਨੂੰ ਵੀ ਫੁਲਫਿਲ ਕਰਦੀਆਂ, ਇਸ ਲਈ ਇਹ ਸਟੇਟਸ ਰਹਿਣਾ ਚਾਹੀਦਾ। ਸੋ 2001 ਦਾ ਪਹਿਲਾ ਨੋਟੀਫਿਕੇਸ਼ਨ ਸੀ, ਫਿਰ 2006 ਦੇ ਵਿੱਚ, ਹੁਣ ਜਦੋਂ ਇਸ ਦੇ ਉੱਤੇ ਨੋਟੀਫਿਕੇਸ਼ਨ ਨੂੰ ਚੈਲੇਂਜ ਕੀਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ, ਔਰ 17 ਦਸੰਬਰ 2007 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੇ ਇਹ ਦੋਨੋਂ ਹੀ ਨੋਟੀਫਿਕੇਸ਼ਨ ਸੀ ਸਰਕਾਰ ਦੇ, ਉਹ ਰੱਦ ਕਰਤੇ ਜੀ। ਉਹਨਾਂ ਨੇ ਕਿਹਾ ਜੀ ਕੋਈ ਇਹ ਆਰਗੂਮੈਂਟ ਨਹੀਂ ਹੈ, ਔਰ ਇਹਦੇ ਥੱਲੇ ਉਹਨਾਂ ਨੇ ਕਿਹਾ ਕਿ ਵੀ ਇਹ ਬਿਲਕੁਲ ਸਟੇਟਸ ਨਹੀਂ ਮਿਲਣਾ ਚਾਹੀਦਾ ਸ਼੍ਰੋਮਣੀ ਕਮੇਟੀ ਨੂੰ ਆਪਣੀਆਂ ਮਾਈਨੋਰਟੀ ਜਿਹੜਾ ਸਟੇਟਸ ਵਾਲਾ। ਹੁਣ ਫੌਰਨ, ਕਿਉਂਕਿ ਇਹ ਫੈਸਲਾ ਜਿਹੜਾ ਕੁਐਸ਼ ਕੀਤਾ ਇਹ ਨੋਟੀਫਿਕੇਸ਼ਨ ਉਹ 17 ਦਸੰਬਰ 2007 ਨੂੰ ਕੀਤਾ, ਸ਼੍ਰੋਮਣੀ ਕਮੇਟੀ ਫੌਰਨ ਸੁਪਰੀਮ ਕੋਰਟ ਦੇ ਵਿੱਚ ਗਈ, ਔਰ ਸੁਪਰੀਮ ਕੋਰਟ ਨੇ ਇੱਕ ਇੰਟਰਿਮ ਆਰਡਰ ਕੱਢ ਦਿੱਤਾ, ਅੰਤਰਿਮ ਹੁਕਮ, ਜਿਹੜਾ ਕਿ 2008 ਦੇ ਵਿੱਚ ਉਹਨਾਂ ਨੇ ਕੱਢਿਆ, ਕਿਉਂਕਿ ਦਸੰਬਰ 17 2007 ਨੂੰ ਜਜਮੈਂਟ ਸੀ, ਉਹਦੇ ਥੱਲੇ ਉਹਨੇ ਹਾਈ ਕੋਰਟ ਦੇ ਫੈਸਲੇ 'ਤੇ ਰੋਕ ਲਾ ਦਿੱਤੀ। ਮਤਲਬ ਇਹ ਸੀ ਕਿ ਸਟੇਟਸ ਕੋ, ਸ਼੍ਰੋਮਣੀ ਕਮੇਟੀ ਉਵੇਂ ਹੀ 50% ਸਿੱਖ ਸਟੂਡੈਂਟ ਲਏਗੀ, ਔਰ ਉਹਦਾ ਜਿਹੜਾ ਮਾਈਨੋਰਟੀ ਇੰਸਟੀਚਿਊਟਸ ਦਾ ਜਿਹੜਾ ਹੈ ਉਹ ਕਾਇਮ। ਹੁਣ ਇਸ ਕੇਸ ਦੇ ਉੱਤੇ ਹੀਅਰਿੰਗ ਚੱਲ ਰਹੀ ਹੈ ਫਰਦਰ, ਔਰ ਇਹ ਜਿਹੜੀ ਖਬਰ ਮੋਸਟ ਡਿਸਟਰਬਿੰਗ ਹੈ, ਔਰ ਅੱਜ ਸਾਰੇ ਸਿੱਖ ਮੀਡੀਆ 'ਚ ਵੀ ਔਰ ਦੂਸਰੇ ਮੀਡੀਆ 'ਚ ਵੀ ਚਰਚਾ ਦਾ ਵਿਸ਼ਾ, ਕਿ ਹੁਣ ਸੁਪਰੀਮ ਕੋਰਟ ਨੇ ਯੂਨੀਅਨ ਮਿਨਿਸਟਰੀ, ਯੂਨੀਅਨ ਮਾਈਨੋਰਟੀ ਅਫੇਅਰ ਮਿਨਿਸਟਰੀ, ਅਟਾਰਨੀ ਜਨਰਲ ਮੁਕਲ ਰੋਹਤਗੀ ਅਤੇ ਸੀਨੀਅਰ ਐਡਵੋਕੇਟ ਟੀ ਆਰ ਅੰਦਾ ਰਾਜਨ ਨੂੰ ਇਹ ਕਿਹਾ ਕਿ ਜੀ ਇਹ ਜਿਹੜਾ ਮਾਈਨੋਰਟੀ ਸਟੇਟਸ ਦੇ ਨੋਟੀਫਿਕੇਸ਼ਨ ਦੀ ਜਸਟੀਫਿਕੇਸ਼ਨ ਤਾਂ ਕਰੋ ਜੀ। ਉਹਨਾਂ ਕਿਹਾ ਜੀ ਇਹ ਸ਼੍ਰੋਮਣੀ ਕਮੇਟੀ ਦੇ ਵਕੀਲ ਹੀ ਆਰਗੂ ਕਰ ਰਹੇ ਨੇ, ਤਾਂ ਵਨ ਸਾਈਡਡ ਮੈਚ ਹੈ, ਔਰ ਸਾਨੂੰ ਦੱਸੋ ਕਿ ਵੀ ਕੀ ਸਟੇਟਸ ਹੈ। ਹੁਣ ਇਸ ਕੇਸ ਨੂੰ 5 ਮੈਂਬਰੀ ਜਿਹੜਾ ਜੱਜ ਪੈਨਲ ਹੈ ਸੁਪਰੀਮ ਕੋਰਟ ਦਾ ਸੁਣ ਰਿਹਾ, ਚੀਫ ਜਸਟਿਸ ਟੀ ਐਸ ਠਾਕੁਰ ਜਿਹੜਾ ਉਹ ਇਸ ਦਾ ਹੈੱਡ ਹੈ, ਔਰ ਉਹਨਾਂ ਨੇ ਐਨ ਡੀ ਰਾਜੁਨਾ ਇੱਕ ਨੂੰ ਅਪੁਆਇੰਟ ਕੀਤਾ ਕਿ ਇਹ ਇਸ ਨੂੰ ਕਹਿੰਦੇ ਨੇ ਐਮੀਕਸ ਕਿਊਰੀ ਹੁੰਦਾ ਵੀ ਕੋਰਟ ਦੀ ਮਦਦ ਕਰੋ, ਕਿ ਵੀ ਅਸੀਂ ਇਹਨੂੰ ਸਮਝਣਾ ਚਾਹੁੰਦੇ ਹਾਂ ਵੀ ਇਹ ਕੀ ਕੇਸ ਹੈ। ਪਰ ਜਿਸ ਕਿਸਮ ਦੀਆਂ ਟਿੱਪਣੀਆਂ ਜਿਹੜੀਆਂ ਨੇ ਇਹ ਦੋਨੋਂ ਪਾਸਿਓਂ ਆਈਆਂ ਨੇ, ਕਿਉਂਕਿ ਹਾਈ ਕੋਰਟ ਦਾ ਫੈਸਲਾ ਬੜਾ ਸਟਰੋਂਗ ਹੈ ਇਸ ਦੇ ਉੱਤੇ, ਉਹਨਾਂ ਕਿਹਾ ਜੀ ਸਿੱਖ ਤਾਂ ਹੈ ਹੀ ਨਹੀਂ ਮਾਈਨੋਰਟੀ ਪੰਜਾਬ। ਹੁਣ ਜਿਹੜੀ ਗੱਲ ਹੋਰ ਵੀ ਵਰੀ ਵਾਲੀ ਹੈ, ਹੁਣ ਜਿਹੜੇ ਸ਼੍ਰੋਮਣੀ ਕਮੇਟੀ ਦੇ ਬਿਹਾਫ 'ਤੇ ਵਕੀਲ ਆਰਗੂ ਕਰ ਰਿਹਾ, ਔਰ ਇਹ ਗੱਲ ਸ਼ੋਅ ਕਰਦੀ ਹੈ ਕਿ ਜਿਹੜੇ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ 'ਤੇ, ਹੁਣ ਇਹਨਾਂ ਦਾ ਜਿਹੜਾ ਵਕੀਲ ਹੈ ਸ਼੍ਰੋਮਣੀ ਕਮੇਟੀ ਦਾ ਰਾਕੇਸ਼ ਦਵੇਦੀ, ਉਹਨੇ ਕੋਰਟ ਨੂੰ ਕਿਹਾ ਕਿ ਜੀ ਬੇਸ਼ੱਕ ਪੰਜਾਬ ਦੇ ਵਿੱਚ ਜਿਹੜੀ ਸਿੱਖ ਪਾਪੂਲੇਸ਼ਨ ਹੈ ਉਹ ਸਿੱਖ ਮੈਜੋਰਟੀ 'ਚ ਨੇ, ਪਰ ਉਹ ਸਿੱਖ ਨਹੀਂ ਹੈਗੇ ਬਹੁਤੇ, ਇਹ ਜਿਹੜੀਆਂ ਇੰਸਟੀਚਿਊਟਸ ਨੇ ਜਾਂ ਸ਼੍ਰੋਮਣੀ ਕਮੇਟੀ ਤਾਂ ਖਾਸ ਸਿੱਖ ਜਿਹੜੇ ਪ੍ਰੈਕਟਿਸਿੰਗ ਸਿੱਖ ਨੇ ਉਹਨਾਂ ਦੇ ਨੂੰ ਦੀ ਨੁਮਾਇੰਦਗੀ ਕਰਦੀ ਹੈ, ਔਰ ਉਹ ਮਾਈਨੋਰਿਟੀ 'ਚ ਨੇ, ਘੱਟ ਗਿਣਤੀ 'ਚ ਨੇ। ਹੁਣ ਤੁਸੀਂ ਦੇਖੋ ਵੀ ਇਸ ਆਰਗੂਮੈਂਟ ਦੇ ਨਾਲ ਤੁਸੀਂ ਕੇਸ ਜਿੱਤ ਵੀ ਜਾਂਦੇ ਹੋ ਅਲਟੀਮੇਟਲੀ, ਉਹ ਕਹਿੰਦੇ ਹੈ ਸੁਪਰੀਮ ਕੋਰਟ
ਅਸੀਂ ਕਿੱਥੇ ਖੜੇ ਹਾਂ। ਅਸੀਂ ਜਦੋਂ ਵੀ ਖਾਲਿਸਤਾਨ ਦੇ ਕੇਸ ਤੇ ਵੀ ਗੱਲ ਕਰਦੇ ਅਸੀਂ ਕਹਿੰਦੇ ਹਾਂ ਜੀ 50,300 ਸਕੁਅਰ ਕਿਲੋਮੀਟਰ ਟੈਰੀਟਰੀ ਹੈ ਜਿੱਥੇ ਅਸੀਂ 70% ਇਹ ਸਾਡੀ। ਹੁਣ ਜੇ ਅਦਾਲਤਾਂ ਨੇ ਆਲਰੇਡੀ ਸਿੱਖ ਕੌਣ ਹੈ, ਸਹਿਜਤਾਰੀ ਹੈ ਨਹੀਂ ਹੈ, ਵੋਟ ਕਿਹਨੂੰ ਮਿਲੇਗੀ, ਕਿਵੇਂ ਆਰਡੀਨੈਂਸ ਸੁਪਰੀਮ ਕੋਰਟ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਚੁਣੇ ਗਏ ਸੀ, 4 ਸਾਲ ਟਰਮ ਉਹਨਾਂ ਦੀ ਮੁੱਕ ਗਈ, ਉਹ ਸਹੁੰ ਹੀ ਨਹੀਂ ਚੁੱਕ ਸਕੇ ਕਿਉਂਕਿ ਇੱਕ ਜਿਹੜਾ ਉਹਨਾਂ ਨੇ ਦਾੜੀ ਕੱਟਾ ਪਰਮਜੀਤ ਰੇਣੂ ਬੀਜੇਪੀ ਵਰਕਰ ਖੜਾ ਕਰਤਾ, ਉਹਨੇ ਕਿਹਾ ਜੀ ਮੈਂ ਸਹਿਜਧਾਰੀ ਸਿੱਖ ਹਾਂ, ਮੇਰੇ ਭਾਵੇਂ ਕੇਸ ਨਹੀਂ ਨੇ ਜਾਂ ਦੂਜੇ ਪਰ ਮੈਨੂੰ ਵੀ ਵੋਟ ਦਾ ਹੱਕ ਹੋਣਾ ਚਾਹੀਦਾ। ਹੁਣ ਇੱਕ ਜਿਹੜਾ ਬੰਦਾ ਪੇਡ ਵਰਕਰ ਹੈ ਇੱਕ ਪਾਰਟੀ ਦਾ, ਉਹਨੇ ਤੁਹਾਡੀ ਤੁਸੀਂ ਕਹੀ ਜਾਓ ਜੀ ਸ਼੍ਰੋਮਣੀ ਕਮੇਟੀ ਮਿੰਨੀ ਪਾਰਲੀਮੈਂਟ ਫਲਾਣਾ ਸਵਾ, ਤੁਹਾਡੀ ਮਿੰਨੀ ਪਾਰਲੀਮੈਂਟ ਹੈ ਉਹ, ਤੁਹਾਡਾ ਪਹਿਲੀ ਮੀਟਿੰਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਪ੍ਰੈਜ਼ਾਈਡ ਕਰਦਾ, ਉਹ ਕੋਈ ਵੀ ਗੈਰ ਸਿੱਖ ਵੀ ਹੋ ਸਕਦਾ, ਸਿੱਖ ਨੂੰ ਡਿਫਾਈਨ ਤੁਹਾਡੀ ਪਾਰਲੀਮੈਂਟ ਕਰਦੀ ਹੈ ਜਾਂ ਸੁਪਰੀਮ ਕੋਰਟ ਕਰਦਾ। ਤੇ ਇਹ ਜਿਹੜਾ ਮਾੜੀ ਮੋਟੀ ਸਹੂਲਤ ਦੇ ਥੱਲੇ ਕੋਈ ਥੋੜੇ ਬਹੁਤ ਸਿੱਖ ਬੱਚੇ ਬੱਚੀਆਂ ਕੋਈ ਡਾਕਟਰ ਬਣ ਗਿਆ, ਕੋਈ ਡੈਂਟਿਸਟ ਬਣ ਗਿਆ, ਕੋਈ ਇੰਜੀਨੀਅਰ ਬਣ ਗਿਆ ਸੀ, ਬਾਕੀ ਵੈਸੇ ਹੀ ਬੇੜਾ ਗਰਕ ਹੈ ਸਾਡਾ ਐਜੂਕੇਸ਼ਨ ਦੇ ਹਵਾਲੇ ਨਾਲ ਪੰਜਾਬ 'ਚ, ਨਾ ਪੰਜਾਬ ਸਰਕਾਰ ਨੇ ਕੋਈ ਇਸ ਲੈਵਲ ਦਾ ਕੋਈ IIT ਜਾਂ ਕੋਈ ਸਟੈਂਡਰਡ ਇੰਸਟੀਚਿਊਟ ਬਣਾਈ ਹੈ ਜਿਹਦੇ ਥੱਲੇ ਤੁਹਾਡੇ ਬੱਚੇ ਬੱਚੀਆਂ ਕੋਈ ਕੰਪੀਟ ਕਰ ਸਕਣ ਦੁਨੀਆ 'ਚ। ਜੇ ਇੱਥੇ ਮਿਲੀਅਨ ਸਟੂਡੈਂਟ ਆਉਂਦਾ ਹੈ ਇੰਡੀਆ ਤੋਂ ਸੇ, ਤਾਂ ਉਹਦੇ 'ਚ ਦੇਖ ਲਓ ਸਿੱਖ ਕਿੰਨੇ ਕੁ ਹੁੰਦੇ ਨੇ, ਔਰ ਜਿਹੜੇ ਹੋਣਗੇ ਵੀ ਉਹ ਬਾਹਰਲੀਆਂ ਸਟੇਟਾਂ ਦੇ ਹੋਣਗੇ, ਕੋਈ ਬੰਗਲੌਰ ਦਾ, ਕੋਈ ਦਿੱਲੀ ਦਾ, ਕੋਈ ਦੂਜੇ ਦਾ, ਕਿਉਂਕਿ ਉਹ ਦੂਜੀਆਂ ਇੰਸਟੀਚਿਊਟਸ 'ਚੋਂ ਪੜ੍ਹ ਕੇ ਜਿਹੜੇ ਨੇ ਕੰਪੀਟ ਕਰਦੇ ਨੇ। ਪੰਜਾਬਦਿਆਂ ਦਾ ਹਾਲ ਦੇਖ ਲਓ ਕਿ ਵੀ ਉਹ ਸਾਰਾ ਕੁਛ ਬਰਬਾਦ ਹੋ ਰਿਹਾ। ਆ ਜਿਸ ਤਰੀਕੇ ਦੇ ਨਾਲ ਮਾਲਟਾ ਦੇ ਵਿੱਚ ਜਿਹੜਾ ਉਹ 20 ਜਿਹੜੇ ਵਿਚਾਰੇ ਉਹ ਬੱਚੇ 25-25, 30-30 ਲੱਖ ਤੋਂ ਲੈ ਕੇ 50-50 ਲੱਖ ਮਾਪਿਓ ਨੇ ਜ਼ਮੀਨਾਂ ਗਹਿਣੇ ਪਾ ਕੇ ਭੇਜੇ ਕਿ ਜੀ ਅਮਰੀਕਾ 'ਚ ਜਾਣਗੇ, ਤੇ ਉਹ ਕਿਸ਼ਤੀ ਉਲਟ ਗਈ ਔਰ ਉਹਨਾਂ ਦਾ ਵਿਚਾਰਿਆਂ ਦਾ ਉਹ ਸਾਰੇ ਹੀ ਕਪੂਰਥਲਾ ਭੁਲਾਤ ਉਸ ਏਰੀਏ ਦੇ ਨੇ। ਉਸ ਤੋਂ ਪਹਿਲਾਂ ਇੱਕ ਵੱਡੀ ਟ੍ਰੈਜਡੀ ਦੇ ਵਿੱਚ 230 ਦੇ ਕਰੀਬ ਮਾਰੇ ਗਏ ਸੀ। ਹੁਣ ਇਹ ਸਾਰੇ ਉਹ ਨੇ ਜਿਹਨਾਂ ਨੂੰ ਜੇ ਚੰਗਿਆ ਇੱਕ ਔਰ ਇਹ ਬੜਾ ਸ਼ੋਕ ਕਰ ਰਹੇ ਨੇ ਜੀ, ਬਾਦਲ ਨੇ ਸੁਸ਼ਮਾ ਸਵਰਾਜ ਨੂੰ ਕਿਹਾ ਜਿਹੜੇ ਬਾਕੀ ਬਚ ਗਏ ਨੇ ਉਹਨਾਂ ਦਾ ਲਿਆ। ਤੁਸੀਂ ਮਾਰ ਰਹੇ ਹੋ ਆਪਣੀ ਜਵਾਨੀ ਨੂੰ, ਮਾਰ ਰਹੇ ਹੋ ਆਪਣੇ ਲੋਕਾਂ ਨੂੰ, ਤੁਸੀਂ ਕਿਉਂ ਨਹੀਂ ਤੁਹਾਡੀ ਗੌਰਮੈਂਟ ਉੱਥੇ ਕੋਈ ਕੰਸਲਟਿੰਗ ਸਰਵਿਸਿਜ਼ ਕੋਈ ਪ੍ਰੋਪਰ ਤਰੀਕੇ ਨਾਲ ਵੀ ਇਮੀਗ੍ਰੇਸ਼ਨ ਹੋ ਸਕਦੀ ਹੈ, ਖੇਤੀਬਾੜੀ ਦੇ ਨਾਲ ਹੋ ਸਕਦੀ ਹੈ। ਇਹ ਬਾਹਰਲੇ ਮੁਲਕਾਂ 'ਚ ਆਪਣੀਆਂ ਜ਼ਮੀਨਾਂ ਤਾਂ ਖਰੀਦ ਰਹੇ ਨੇ, ਕਦੇ ਹੋਇਆ ਜੀ ਜਾਰਜੀਆ ਚਲੇ ਗਏ, ਫਲਾਣੇ ਮੁਲਕ 'ਚ ਚਲੇ ਗਏ, ਟਿਮਕੇ 'ਚ ਚਲੇ ਗਏ। ਉਹ ਆਮ ਲੋਕ ਵਿਚਾਰੇ ਜਿਹਨਾਂ ਨੂੰ ਇੱਕੋ ਇੱਕ ਹੋਪ ਹੁੰਦੀ ਹੈ ਵੀ ਚਲੋ ਮੁੰਡਾ ਬਾਹਰ ਕੱਢ ਦਿਓ, ਕੋਈ ਨਹੀਂ ਉੱਥੇ ਜਾਏਗਾ ਕਮਾਏਗਾ, ਉਹ ਕੋਈ ਡੁੱਬ ਰਿਹਾ ਔਰ ਕੁਛ ਹੋ ਰਿਹਾ, ਔਰ ਇਸ ਕਿਸਮ ਦੇ ਹਾਲਾਤ ਨੇ। ਪਿਛਲੇ ਦਿਨਾਂ 'ਚ ਇੱਕ ਘਟਨਾ ਜਿਹਨੇ ਮੇਰੇ ਰੋਂਗਟੇ ਖੜੇ ਕਰ ਦਿੱਤੇ ਕਿ ਇਹ ਹੁਣ ਜਿਸ ਤਰੀਕੇ ਨਾਲ ਏਜੰਟ ਲਿਆ ਰਹੇ ਨੇ ਉੱਥੋਂ, ਕੁੜੀਆਂ ਉਹਦੇ 'ਚ ਵਿਆਹੀਆਂ ਕੁੜੀਆਂ ਜਿਹਨਾਂ ਦੇ ਇੱਥੇ ਨੇ ਉਹ ਵੀ ਉਹਦਾ ਹਿੱਸਾ ਨੇ। ਔਰ ਇੱਕ ਘਟਨਾ ਜਿਸ ਦਾ ਜ਼ਿਕਰ ਹੋਇਆ ਕਿ ਵੀ ਮੈਕਸੀਕੋ ਤੋਂ ਪਤਾ ਨਹੀਂ ਕਿਹੜੇ ਮੁਲਕ ਦੇ ਵਿੱਚ ਬਲੀਸ 'ਚ ਕੱਢਿਆ, ਉੱਥੋਂ ਇੱਕ ਟਰੈਕ ਹੈ ਜਿਹੜਾ 8-10 ਮੀਲ ਜੰਗਲ ਦੇ ਵਿੱਚ ਜਿਹੜਾ ਉਹ ਅੱਗੋਂ ਉਹਨਾਂ ਨੇ ਏਜੰਟ ਰੱਖੇ ਹੁੰਦੇ ਨੇ ਜਿਹੜੇ ਅੱਗੋਂ ਕ੍ਰੋਸ ਕਰਾਉਂਦੇ ਨੇ ਬੋਟ ਤੱਕ ਪਹੁੰਚਾਉਣ ਲਈ, ਫਿਰ ਬੋਟ ਜਿਹੜੀ ਡੁੱਬੀ ਆ ਉਹ ਲਿਆਉਂਦੀ। ਔਰ ਉਹਨੇ ਕਿਹਾ ਜੀ ਵੀ ਉਸ ਗਰੁੱਪ ਦੇ ਵਿੱਚ 15 ਮੁੰਡੇ ਸੀ, ਇੱਕ ਕੁੜੀ ਸੀ ਸਿੱਖ ਬੱਚੀ, ਔਰ ਉਹ ਜਦੋਂ ਉਸ ਜੰਗਲ 'ਚੋਂ ਟਪਾਉਣ ਲੱਗੇ, ਜਿਹੜਾ ਜੰਗਲ ਵਾਲਾ ਉਹ ਗੋਰਿਲਾ ਸੀ, ਮਤਲਬ ਨਟ ਗੋਰਿਲਾ ਜਿਹੜਾ ਵਾ, ਉਹਨਾਂ ਦਾ ਏਜੰਟ ਸੀ, ਉਹਨੇ ਕੁੜੀ ਨੂੰ ਰੱਖ ਲਿਆ। ਉਹਨੇ ਕਿਹਾ ਜੀ ਮੈਂ ਤੁਹਾਨੂੰ ਟਪਾਉਣਾ, ਇਹ ਕੁੜੀ ਨੂੰ ਮੈਂ ਰੱਖਣਾ, ਔਰ ਇਸ ਕਿਸਮ ਦਾ ਮਾਹੌਲ ਉੱਥੇ ਬਣ ਗਿਆ। ਬਾਕੀ ਕਹਿੰਦੇ ਉਹ 12-13 ਤੁਰ ਪਏ ਅੱਗੇ ਨੂੰ, ਇੱਕ ਜਿਹੜਾ ਉਹਨਾਂ 'ਚੋਂ ਸੀ ਉਹਨੇ ਕਿਹਾ ਕਿ ਵੀ ਦੇਖ ਕੇ ਠੀਕ ਨਹੀਂ ਹੈਗਾ, ਇਹ ਸਾਡੀ ਭੈਣ ਹੈ, ਔਰ ਉਹ ਜਦੋਂ ਨਹੀਂ ਤਾਂ ਉਹਨੇ ਉਹਨੂੰ ਮਰਡਰ ਕਰਤਾ ਉਹਦਾ, ਔਰ ਉਹਨੂੰ ਉਹ ਕੁੜੀ ਨੂੰ ਛੁਡਾ ਕੇ। ਮੈਂ ਕਈ ਵਾਰੀ ਹੈਰਾਨ ਹੁੰਦਾ ਹੈ ਵੀ ਅਸੀਂ ਕਿਸ ਲੈਵਲ ਤੱਕ ਚਲੇ ਗਏ ਹਾਂ, ਡਿੱਗ ਪਏ ਹਾਂ। ਔਰ ਇਹ ਕੋਈ ਇੱਕ ਘਟਨਾ ਨਹੀਂ ਹੈ, ਜਦੋਂ ਅਸੀਂ ਸਟੂਡੈਂਟਸ ਦੇ ਹਵਾਲੇ ਨਾਲ ਦੇਖਦੇ ਹਾਂ ਆਸਟ੍ਰੇਲੀਆ 'ਚ ਕੀ ਹੈ, ਇੰਗਲੈਂਡ 'ਚ ਕੀ ਹੈ, ਬਾਕੀ ਥਾਵਾਂ 'ਤੇ ਕੀ ਹੈ, ਉੱਥੋਂ ਜਹਾਜ਼ਾਂ 'ਤੇ ਏਜੰਟਾਂ ਦੇ ਹਵਾਲੇ ਕਰ, ਪਰ ਕੁੱਲ ਮਿਲਾ ਕੇ ਜਦੋਂ ਅਸੀਂ ਦੇਖਦੇ ਹਾਂ ਵੀ ਹਾਲਾਤ ਇਹ ਨੇ ਕਿ ਐਜੂਕੇਸ਼ਨ ਨਹੀਂ, ਗੌਰਮੈਂਟ ਦਾ ਇਹ ਕੰਮ ਹੈ, ਤੁਸੀਂ ਪ੍ਰੋਪਰ ਕੌਂਸਲਿੰਗ ਸਰਵਿਸਿਜ਼, ਬਹੁਤ ਸਾਰੇ ਕਈ ਜਿਹੜੇ ਇੱਦਾਂ ਦੇ ਇਲੀਗਲ ਆਉਣ ਵਾਲੇ ਨੇ ਉਹਨਾਂ 'ਚ ਪੜ੍ਹੇ ਲਿਖੇ ਨੇ, ਕਈ ਗ੍ਰੈਜੂਏਟ ਨੇ, BA BA MA ਨੇ, ਤੁਸੀਂ ਕੋਈ ਨਾ ਕੋਈ ਇੱਥੇ ਸਮਰ ਸਕੂਲ ਨੇ, ਕੋਈ ਹੋਰ ਤਰੀਕਾ ਜਿਹਦੇ ਥੱਲੇ ਤੁਸੀਂ ਉਹਨਾਂ ਨੂੰ ਐਜੂਕੇਸ਼ਨ ਦੇ ਹਵਾਲੇ ਨਾਲ ਲਿਆ ਸਕਦੇ ਹੋ। ਪਰ ਕੁੱਲ ਮਿਲਾ ਕੇ ਮੈਨੂੰ ਇਹ ਨਜ਼ਰ ਆ ਰਿਹਾ ਕਿ ਵੀ ਜਿਹੜਾ ਮਾੜਾ ਮੋਟਾ ਸ਼੍ਰੋਮਣੀ ਕਮੇਟੀ ਦੇ ਥੱਲੇ ਕੋਈ ਨਾ ਕੋਈ, ਹਾਲਾਂਕਿ ਹੁੰਦਾ ਇਹ ਹੈ, ਇਹ ਇੱਕ ਹੋਰ ਇਹਦੀ ਇੱਕ ਟ੍ਰੈਜਡੀ ਹੈ, ਔਰ ਇਹ ਗੱਲ ਇਨਸਾਈਡ ਸਟੋਰੀ ਹੈ। ਉਹਨਾਂ ਨੇ ਕਿਹਾ ਜੀ ਜਿਹੜੇ 50% ਸਿੱਖ ਕੋਟੇ ਥੱਲੇ ਵੀ ਸਿੱਖ ਮੁੰਡੇ ਕੁੜੀਆਂ ਜਿਹੜੇ ਨੇ ਉਹ ਇੰਜੀਨੀਅਰ ਡਾਕਟਰ ਦੂਜੇ ਬਣਦੇ ਨੇ, ਉਹ 'ਚ ਅੱਧਿਓਂ ਜ਼ਿਆਦਾ ਜਿਉਂ ਹੀ ਪਾਸ ਆਊਟ ਹੁੰਦੇ ਨੇ ਉਹਨਾਂ ਨੇ ਸਿਰ ਮਨਾਇਆ ਹੁੰਦਾ।
ਕਿ ਵੀ ਉਹ ਰਿਜ਼ਰਵੇਸ਼ਨ ਲੈ ਲੈਂਦੇ ਨੇ ਉਸ ਦੇ ਥੱਲੇ ਕਿਉਂਕਿ ਉਹਦੇ ਲਈ ਸਿੱਖ ਰਹਿਣਾ ਪੈਂਦਾ ਅਤੇ ਉਸ ਤੋਂ ਬਾਅਦ ਉਹਨਾਂ ਦਾ ਹਾਲ ਵੀ ਜਿਹੜਾ ਉਹ ਦੂਜਾ ਹੁੰਦਾ। ਪਰ ਇਹ ਸਾਰੀ ਜਦੋਂ ਇਸ ਕਿਸੇ ਗੱਲ ਦਾ ਵੀ ਜ਼ਿਕਰ ਕਰੋ ਤਾਂ ਦਰਦ ਤੋਂ ਬਿਨਾਂ ਕੁਛ ਨਹੀਂ ਰਹਿੰਦਾ। ਪਰ ਮੈਨੂੰ ਇਹ ਲੱਗਦਾ ਕਿ ਵੀ ਹੁਣ ਇਹ ਸੁਪਰੀਮ ਕੋਰਟ 'ਚ ਕੇਸ ਜਿੱਤ ਜਾਓ ਤਾਂ ਵੀ ਇਹੀ ਹੋਏਗਾ ਜੀ ਸਿੱਖ ਤਾਂ ਮਾਈਨੋਰਿਟੀ 'ਚ ਨੇ ਕਿਉਂਕਿ ਆਰਗੂਮੈਂਟ ਇਹੀ ਹੈ। ਅਤੇ ਜੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਕੋਈ ਸਟੇਟਸ ਨਹੀਂ ਜੀ ਤੁਸੀਂ ਤਾਂ ਪੰਜਾਬ 'ਚ ਮੈਜੋਰਟੀ 'ਚ ਹੋ ਪਾਪੂਲੇਸ਼ਨ ਤੁਹਾਡੀ ਆ ਲੇਟੈਸਟ ਤੁਹਾਡੀ ਸੈਂਸਸ ਹੈ ਉਹਦੇ ਹੀ ਤੁਸੀਂ ਮੈਜੋਰਟੀ 'ਚ ਹੋ ਇਸ ਲਈ ਤੁਹਾਨੂੰ ਨਹੀਂ ਸਟੇਟਸ ਫਿਰ ਸਾਰੀਆਂ ਹੀ ਸੀਟਾਂ ਖੋਲ ਦਿਓ ਸਿੱਖਾਂ ਦੇ ਪੈਸੇ ਨਾਲ ਬਣੀਆਂ ਸੰਸਥਾਵਾਂ 'ਚ ਦੂਜਿਆਂ ਨੂੰ ਪੜਾਓ। ਸੋ ਇਹੋ ਹਮਾਰਾ ਜੀਵਨ ਹੈ ਤੂੰ ਸਾਹਿਬ ਸੱਚੇ ਦੇ ਕੇ ਗੁਲਾਮਾਂ ਦੀ ਹਾਲਤ ਹੈ ਅਤੇ ਇਹ ਹੈ ਉਸ ਕੌਮ ਦਾ ਹਾਲ ਜਿਹੜੀ ਡੇਢ ਸਦੀ ਪਹਿਲਾਂ ਇੰਨੇ ਵੱਡੇ ਵਿਸ਼ਾਲ ਰਾਜ ਦੀ ਮਾਲਕ ਸੀ ਔਰ ਅੱਜ ਸਾਡਾ ਕਿਉਂ ਜਿਹਾ ਰੋਲਣ ਵਾਲਾ ਕੰਮ ਹੋਇਆ। ਜੀ ਡਾਕਟਰ ਸਾਹਿਬ ਬਿਲਕੁਲ ਇਸ ਤਰ੍ਹਾਂ ਲੈਂਦੇ ਹਾਂ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ।